ਪਹਿਲੀ ਕਬੱਡੀ ਉੱਤੇ ਨੰਬਰ ਡੇਢ ਹੈ ਜਿਹੜਾ ਚੱਲਦਾ ਹੈ ਜੇ ਲੱਖਾਂ ਦਾ ਇਮਤਿਹਾਨ ਹੈ ਹੋਰਾ ਪੂਰਾ ਇਹਨਾਂ ਜਾਸੀ ਪਿਆਰਾਂ ਦਾ ਨਾਲ ਪਹਾੜਾ ਮੱਥਾ ਲਾਉਣਾ ਮੁੜ ਤੋਂ ਕੰਮ ਹੈ ਦਲਦਾਰਾਂ ਦਾ ਮੁੜ ਤੋਂ ਕੰਮ ਹੈ ਦਲਦਾਰਾਂ ਦਾ ਲਾਓ ਇਸ ਵੇਲੇ ਕੋਠੀ ਪਾ ਦਿੱਤੀ ਮੁੰਡੇ ਨੇ ਫਿਰ ਮੁਰਾਦੇ ਸੋਰੀ ਮੇਜਰ ਧਾਲੀਵਾਲ ਕਹਿੰਦੇ ਐਸੇ ਧਾਲੀਵਾਲ ਦਾ ਵੱਡਾ ਵੀਰ ਫਿਰ ਮੁਰਾਦੇ ਕਹਿੰਦੇ ਦੋਵੇਂ ਵੀ ਖੇਡ ਗਏ ਦੋ ਨੰਬਰ ਨੇ ਹਰੇਕ ਠਾਕੁਰ ਦੇ ਪਹਿਲਾਂ ਕਬੱਡੀ ਪਾ ਕੇ ਨੰਬਰ ਲਿਆ ਫਿਰ ਕਹਿੰਦੇ ਵੀ ਹਾਲਾਤ ਦੇ ਨੰਬਰ ਤੇ ਹੁਣ ਅਗਲੀ ਕਬੱਡੀ ਖੋਲੋ ਹਰੇਕ ਠਾਕੁਰ ਬੜਾ ਫਿਰ ਕੋਈ ਸਾਹਮਣੇ ਕਬੱਡੀ ਪਾਉਣ ਦੇ ਲਈ ਅੱਗੇ ਕਦਮਾਂ ਦੇ ਨਾਲ ਅੱਗੇ ਵਾਧਾ ਹੋਇਆ ਚਾਰ ਖਿਡਾਰੀ ਕਬੱਡੀ 24 ਡਾਟ ਕੌਮ ਕਹਿੰਦੇ ਲਾਈਵ ਦਿਖਾ ਰਹੀ ਹੈ ਇਹ ਖੇਡ ਮੇਲਾ ਆਪਾਂ ਧੰਨਵਾਦ ਕਰਦੇ ਹਾਂ ਤੇ ਉਧਰ ਗੁੱਡੂ ਤੇ ਦੋ ਨੰਬਰ ਤੋਂ ਰਹਿਣੀ ਦੇਖੋ ਸਾਹਮਣੇ ਤੁਸੀਂ ਥੋੜੀ ਕੋਈ ਕੀਤੀ ਸੀ ਪਰ ਨਹੀਂ ਜੰਗ ਜਮ ਹੋ ਤੇ ਪੁਆਇੰਟ ਹੈ ਜਿਹੜੀ ਫੇਰਤੀ ਪਾਉਣ ਦੇ ਲਈ ਚਾਰ ਖਿਡਾਰੀ ਪਿਆਰਾ ਗੋਆ ਨਾਲ ਕਹਿੰਦੇ ਨੇ ਮੇਜਰ ਨਾਲ ਸੁਖਾ ਉਹਦੇ ਥਾਲੇ ਚਾਰ ਜਾਗੀਆਂ ਦੀ ਤੋੜੀ ਹੋਈ ਚੈਨ ਤੇ ਚਾਰਾਂ ਦੇ ਵਿੱਚ ਕਿਹੜਾ ਡੱਕੂ ਤੇ ਐਸ ਵੇਲੇ ਦਾ ਦੇਖਦਾ ਜਿਹਨੇ ਪਹਿਲਾਂ ਵੀ ਜਗ੍ਹਾ ਲਾਇਆ ਕਹਿੰਦੇ ਮੇਜਰ ਐਸ ਵੇਲੇ ਡੱਕਣ ਦਾ ਯਕਣ ਕਰਦਾ ਹੋਇਆ ਤੇ ਕਾਮਯਾਬ ਨਹੀਂ ਹੋਇਆ ਪੁਆਇੰਟ ਐਸ ਵੇਲੇ ਖੇਡ ਮੈਦਾਨ ਦੇ ਵਿੱਚ ਮੁੱਠੜੀਆਂ ਦੀ ਟੀਮ ਦੇ ਚਲੋ ਹੈਪੀ ਹੈ ਪਾਕ ਵੱਡੀ ਪਾਉਣ ਲਈ ਹੈਪੀ ਲਓ ਫਿਰ ਮੈਦਾਨ ਦੇ ਵਿੱਚ ਧਾਲੀਵਾਲ ਦੀ ਧਰਤੀ ਦਾ ਸਭ ਅੱਗੇ ਨੂੰ ਵਧਿਆ ਹੋਇਆ ਕਹਿੰਦੇ ਇਸ ਮੁੰਡੇ ਨੇ ਮੇਰੀ ਪੀੜੀ ਦੇ ਵਿੱਚ ਤੱਕਿਆ ਕਬੱਡੀਆਂ ਪਾਈਆ ਆਓ ਵੇਖੋ ਸਾਹਮਣੇ ਜਗਰੀ ਦੇ ਨਾਲ ਅਗਲੀ ਕਬੱਡੀ ਕਾਲੇ ਦੀ ਬੱਗਿਆਂ ਦੇ ਕਿੰਨੇ ਵਰਗਾ ਅੰਦਾਜ਼ ਹੈ ਮੁੰਡੇ ਦਾ ਲਓ ਸਾਹਮਣੇ ਕਬੱਡੀ ਕਬੱਡੀ ਕਰਦਾ ਹੋਇਆ ਅੱਗੇ ਨੂੰ ਵਧਿਆ ਹੋਇਆ ਕਬੱਡੀ ਉਹਨਾਂ ਕਹਿੰਦੇ ਬਈ ਲੋਕੇ ਸਾਰੇ ਦਾ ਲੋਧੀ ਕੱਪ ਖੇਡੇ ਆ ਕਪੂਰਥਲੇ ਦਾ ਕਹਿੰਦੇ ਬਈ ਕੱਪ ਖੇਡੇ ਆ ਲੋਧੇ ਵੱਲੋਂ ਤੇ ਅੱਜ ਕੋਲੇ ਬਰੇ ਠਾਕੁਰ ਵੱਲੋਂ ਰੁਕੇ ਆ ਕੱਪ ਖੇਡਦਾ ਹੈ ਪੂਰੀ ਕੋਸ਼ਿਸ਼ ਹੋਇਆ ਪਰ ਬਹੁਤ ਬਹੁਤ ਧੰਨਵਾਦ ਸਾਡੇ ਕੋਲ ਬਹੁਤ ਹੀ ਸਰਕਾਰ ਜੋ ਹੈ ASI ਸਤਨਾਮ ਸਿੰਘ ਜੀ ਉਹ ਵੀ ਉਹਦੇ ਦੇ ਤੌਰ ਤੇ ਪੁੱਜੇ ਨੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਇੱਥੇ ਪਹੁੰਚਣ ਦੀ ਨਿਗਾਹ ਜੀ ਆਇਆ ਬਹੁਤ ਹੀ ਸਰਕਾਰ ਦੇ ਸਰਦਾਰ ਸਤਨਾਮ ਸਿੰਘ ਜੀ ASI ਸਾਹਿਬ ਉੱਚੇ ਦੇ ਤੌਰ ਤੇ ਕੀਮਤੀ ਸਮਾਂ ਕੱਢ ਕੇ ਪੁੱਜੇ ਆ ਧੰਨਵਾਦ ਕਰਦੇ ਆ ਲਓ ਜੀਤੀ ਵੀ ਪਾਈ ਹੋਈ ਕਬੱਡੀ ਉਹ ਮੁੱਖੇ ਵੀ ਕੌਣ ਵਿਖਾਲਾ ਨੇਗਾ ਪਿਆਰਾ ਸਵੇਰੇ ਖਾਲਪੁਰ ਦਾ ਦੇਖੋ ਸਾਹਮਣੇ ਚੱਪਾ 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 ਚਰਖਾ ਚੱਲੇ ਬੰਦ ਤੇਰਿਆਂ ਦੇ ਖਾਦੀ ਪਾਵਾਂ ਚੱਪਾ ਚੱਪਾ ਚਰਖਾ ਚੱਲੇ ਪੁਆਇੰਟ ਭਾਵੀ ਬੜੀ ਪੁਆਇੰਟ ਜੀਤੀ ਖੰਡਿਆਂ ਵਾਸਤੇ ਅੰਕ ਜੋੜ ਰੱਖੇ ਖੇਡ ਮੈਦਾਨ ਦੇ ਵਿੱਚ ਅਗਲੀ ਕਬੱਡੀ ਹੈਪੀ ਪਿਆਰੇ ਚਾਰ ਖਿਡਾਰੀ ਸੀਨੀਅਰ ਖਿਡਾਰੀ ਕਈ ਸਾਲਾਂ ਤੋਂ ਖੇਡ ਮੈਦਾਨਾਂ ਦੇ ਵਿੱਚ ਨੌਜਵਾਨ ਕਬੱਡੀਆਂ ਪਾ ਰਿਹਾ ਸਾਹਮਣੇ ਪਾਈ ਹੋਈ ਕਬੱਡੀ ਤੇ ਅੱਗੇ ਹੋ ਕੇ ਮਾਰਦਾ ਹੋਇਆ ਟੱਚ ਤੇ ਤੇਜ਼ੀ ਦੇ ਨਾਲ ਹੈਪੀ ਟੀ ਕਰ ਕੇ ਜੁੜਦਾ ਹੋਇਆ ਆਪਣੀ ਟੀਮ ਦੇ ਲਈ ਆਖਿਰ ਮੈਦਾਨ ਦੇ ਅੱਗੇ ਨੂੰ ਵਧਿਆ ਹੋਇਆ ਕਿ ਕਾਦਾ ਮਾਰ ਜਵਾਨੀ ਤੇ ਜੇ ਕੋਈ ਕਾਰਨਾਮਾ ਕਰੀਏ ਤਾਂ ਜਗ ਤਾ ਮੰਨਦਾ ਫਲ ਫੋਕੀ ਛੱਡੀਏ ਨਾ ਅੱਜ ਕੱਲ ਹਰ ਮਾਂ ਨੂੰ ਜੁਰਮਾ ਹੈ ਜਮਦਾ ਰਾਹ ਵਿੱਚ ਡਿੱਗਦੇ ਦੇਖੇ ਮੈਂ ਮਾਂ ਵਾਲਿਆ ਜੋਗੇ ਕਈ ਖਰੇ ਤੋਂ ਖਰੇ ਇਹ ਦੁਨੀਆ ਜਿਤਨੀ ਨਹੀਂ ਸੌਖੀ ਇੱਥੇ ਸਭ ਨੇ ਪਰੇ ਤੋਂ ਪਰੇ ਕਿ ਇੱਥੇ ਸਭ ਨੇ ਪਰੇ ਤੋਂ ਪਰੇ ਕਹਿੰਦੇ ਵੀ ਪਰੇ ਤੋਂ ਪਰੇ ਖਰੇ ਤੋਂ ਖਰੇ ਦੁਨੀਆ ਅੱਜ ਕਹਿੰਦੇ ਵੀ ਬਹੁਤ ਰੰਗ ਰੰਗੀਲੀ ਹੈ ਬਾਰ ਬਾਰ ਧੰਨਵਾਦ
ਸਾਡੇ ਕੋਲ ਜੋਟਾ ਦੀ ਜਾਣਕਾਰੀ ਦਿੰਦੇ ਨੇ ਖਿੰਦਰ ਮਸੰਦ ਕੋਲ ਤੋਂ ਜੇ ਜੇ ਤੌਰ ਤੇ ਪੁੱਛਿਆ ਆਪਾਂ ਧੰਨਵਾਦ ਕਰਦੇ ਹਾਂ ਇਸੇ ਮੌਕੇ ਤੇ ਠੀਕ ਹੈ ਜੀ ਆਇਆ ਅੱਗੇ ਹੈ ਤੇ ਨਾਲ ਹੀ ਏਐਸ ਆਈ ਸਰਦਾਰ ਸੰਗਰਾਮ ਸਿੰਘ ਜੀ ਨਵਾਂ ਸ਼ਹਿਰ ਤੋਂ ਉਹ ਵੀ ਉੱਥੇ ਤੌਰ ਤੇ ਪਹੁੰਚੇ ਉਹਨਾਂ ਦੇ ਬਹੁਤ ਬਹੁਤ ਧੰਨਵਾਦ ਠੀਕ ਹੈ ਜੀ ਆਇਆ ਖੇਡ ਕਬੱਡੀ ਪੰਜਾਬੀਆਂ ਦੀ ਮਹਿਬੂਬ ਤੇ ਇਧਰ ਫਿਰ ਖੜਗੜ ਦੀ ਚਾਰ ਜਾਂ ਫਿਰ ਕਹੀ ਤੇ ਧਾਵਾ ਬੋਲਿਆ ਹੋਇਆ ਗੋਪੀ ਨੌਜਵਾਨੀ ਦੇਖੋ ਸਾਹਮਣੇ ਵਾਹ ਪਹਿਲਾਂ ਵੀ ਤਕੜੇ ਜਫੇ ਲਾਏ ਫਿਰ ਕਾਮਯਾਬ ਹੋਇਆ ਇੱਕ ਅੰਕ ਦਾ ਵਾਧਾ ਕਰ ਦਿੱਤਾ ਮੁੰਡੇ ਨੇ ਪੁਆਇੰਟ ਜਿਹੜਾ ਇੱਕ ਪਾਸੇ ਚਾਰ ਖਾਨਪੁਰ ਦੀ ਸ਼ਕਤੀਸ਼ਾਲੀ ਟੀਮ ਤੇ ਦੂਜੇ ਪਾਸੇ ਟੀਮ ਜਿਹੜੀ ਹੈ ਇਹ ਮੱਠੇ ਤਰ੍ਹਾਂ ਦੀ ਭਾਵੇਂ ਨਵੇਂ ਖਿਡਾਰੀ ਪਰ ਬਹੁਤ ਸੋਹਣਾ ਪ੍ਰਦਰਸ਼ਨ ਕੀਤਾ ਜੀਦਾਰੀ ਦੇ ਨਾਲ ਤੁਹਾਡੀ ਖੇਲ ਗਏ ਹੈ ਲਓ ਇਸ ਟੈਕਨੀਕਲ ਪੁਆਇੰਟ ਜਿਹੜਾ ਹੈਪੀ ਧਾਲੀਵਾਲ ਆਇਆ ਹੈ ਸੀਸ ਰੱਬ ਅੱਗੇ ਚੁਕਾਲਾ ਹੈ ਫੱਜਣ ਲੱਗੀ ਇਹ ਪੁੱਛਣ ਚਾਲੋ ਸ਼ਰਮ ਕਬੱਡੀ ਲਓ ਸ਼ਰਮ ਫਿਰ ਵਧੀਆ ਹੋਇਆ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਚਾਰ ਖਿਡਾਰੀ ਨੇ ਛੱਡਿਆ ਨੇ ਕੌਣ ਗੁਰਵਿੰਦਰਵਾਲ ਕਹਿੰਦੇ ਜਿਮਰੀ ਦਾ ਅੰਦਾਜ਼ ਮੁੱਠਿਆਂ ਵਾਲੇ ਗੁਰਵਿੰਦਰ ਵਰਗਾ ਗੁਰਵਿੰਦਰ ਨੇ ਕਹਿੰਦੇ ਅਕਬਰ ਦੀ ਧਰਤੀ ਤੇ ਆਪ ਮਾਣ ਕੀਤਾ ਇਸ ਦਿਨ ਜਿਮਰੀ ਦਾ ਕਹਿੰਦੇ ਮੁੰਡਾ ਵਧੀਆ ਖੇਡਦਾ ਮੇਰੇ ਨਾਲ ਕਹਿੰਦੇ ਵੀ ਇਸ ਮੁੰਡੇ ਦੀ ਕਹਿੰਦੇ ਵੀ ਲਗਾਈ ਹੈ ਤੇ ਲਓ ਇਹਦੇ ਚਿਮੜੀਆਂ ਲੱਗ ਨੂੰ ਸੰਧਿਆ ਨੇ ਕੋਲ ਜਾ ਕੇ ਪਾਇਆ ਹੋਇਆ ਲਪੇਟਾ ਤੇ ਸ਼ਰਨ ਤੇਜੀ ਦੇ ਨਾਲ ਇੱਕ ਅੰਕ ਫਿਰ ਜੋੜ ਗਿਆ ਆਪਣੀ ਟੀਮ ਦੇ ਜਦੋਂ ਪਰ ਵਰਲਡ ਕਬੱਡੀ ਕੱਪ ਹੋਇਆ ਪਿਛਲੇ ਸਾਲ ਕਹਿੰਦੇ ਵੀ ਇੱਥੇ ਮਠਿਆਂ ਦਾ ਦੀਵਾ ਖੇਡਿਆ ਉੱਥੇ ਪੁੱਤਰ ਦਲਜਿੰਦਰ ਵੀ ਜਾਫਲਾਂ ਦੇ ਜੱਥੇ ਆਏ ਤੇ ਉਹਦੀ ਜੋੜੀ ਜਿਹੜੀ ਪ੍ਰਸਿੱਧ ਰਹੀ ਖੇਡ ਮੈਦਾਨ ਦੇ ਵਿੱਚ ਸੋ ਇਹ ਵੀ ਇੱਕ ਵੱਖਰਾ ਅੰਦਾਜ਼ ਵੱਖਰੀ ਮਿਸਾਲ ਕਿ ਪਿਓ ਪੁੱਤ ਦੀ ਜੋੜੀ ਖੇਡ ਮੈਦਾਨ ਦੇ ਵਿੱਚ ਖੇਡਦੀ ਬਾਬਾ ਧੰਨਵਾਦ ਕਰਦੇ ਹਾਂ ਤੇ ਉਧਰ ਮੈਂ ਵੇਖਣਾ ਵੀ ਸਾਹਮਣੇ ਜਿੱਤੀ ਦੀ ਪਈ ਹੋਈ ਕਬੱਡੀ ਤੇ ਸੁੱਖਾ ਬ੍ਰੇਕ ਖਾਲਪੁਰ ਦਾ ਬਹੁਤ ਸੋਹਣਾ ਮਿਸਾਲਾ ਕਿ ਅੰਕ ਜੋੜਦਾ ਆਪਣੀ ਟੀਮ ਦੇ ਲਈ ਚੱਲ ਬਈ ਗੱਭਰੂ ਹੈਪੀ ਤੇਜ ਸਾਹਮਣੇ ਪੌਦਾ ਹੋਇਆ ਕਬੱਡੀ ਕਬੱਡੀ ਹੋ ਗਈ ਹੈਪੀ ਇੱਕ ਵਾਰ ਫਿਰ ਕਹਿਤੀ ਸਾਹਮਣੇ ਜਿੰਦਰੀ ਲਾਲ ਕਾਲਤਾ ਤੇ ਲਾਲ ਕਹਿੰਦੇ ਵਿੱਚ ਕਰਨ ਉਹ ਦੇਖੇਗੀ ਦੇਖਦੇ ਵਿੱਚ ਚਾਰਾਂ ਦੇ ਵਿੱਚੋਂ ਕਿਹੜਾ ਨੌਜਵਾਨ ਦੋ ਹੱਥ ਕਰਤਾ ਤੇ ਸਾਹਮਣੇ ਇਹ ਪੁਆਇੰਟ ਧਾਵੀ ਦੇ ਸਾਹਮਣੇ ਗੁੰਡਿਆ ਪਾ ਕਬੱਡੀ ਲਓ ਗੰਨਾ ਮੁਠੱਡਿਆਂ ਵਾਲਾ ਹੋਰ ਵਾਧਾ ਹੋਇਆ ਦਾਰੇ ਵਰਗੇ ਸੱਤੇ ਵਰਗੇ ਧੁੱਬੇ ਵਰਗੇ ਕਹਿੰਦੇ ਮੁਠੱਡਿਆਂ ਦੀ ਧਰਤੀ ਸ਼ਿਵ ਦਿਲ ਔਜਲੇ ਵਰਗੇ ਦੀਪੇ ਵਰਗੇ ਕਹਿੰਦੇ ਗੁਰਬਿੰਦਰ ਵਰਗੇ ਪ੍ਰਸਿੱਧ ਖੇਡ ਪ੍ਰਮੋਟਰ ਰੈਂਕੂ ਪੁਆਇੰਟ ਤੋਂ ਮੁਠੱਡਿਆਂ ਦਾ ਕਹਿੰਦੇ ਦੁਨੀਆਂ ਦੇ ਬੰਨੇ ਪ੍ਰਮੰਨੇ ਖਿਡਾਰੀਆਂ ਵਿੱਚ ਨਾਮ ਨਹੀਂ ਹੈ ਲਓ ਸਾਹਮਣੇ ਉਹਦਾ ਹੋਇਆ ਕਿੱਡਾ ਕਬੱਡੀ ਇਸ ਵੇਲੇ ਤੇ ਉਹਦੇ ਪਿਆਰਾ ਕੋਸ਼ਿਸ਼ ਕਰਦਾ ਤੇ ਖੇਡ ਮੈਦਾਨ ਦੇ ਵਿੱਚ ਨਹੀਂ ਕਾਮਯਾਬ ਹੋਇਆ ਪੁਆਇੰਟ ਦਿੰਦੇ ਨੇ ਹਲਕੀ ਜਿਹੀ ਸੱਟ ਮਹਿਸੂਸ ਕਰਦਾ ਪਿਆ ਸੱਜੇ ਪਾਸਿਆਂ ਦੀ ਅਰਦਾਸ ਕਰਦੇ ਵੀ ਤੱਕ ਵਾਹ ਨਾ ਲੱਗੇ ਚੜ੍ਹਦੀ ਕਲਾ ਵਿੱਚ ਰਹਿਣ ਕੇ ਖਿਡਾਰੀ ਹਮੇਸ਼ਾ ਦਿਨ ਰਾਤ ਤਰੱਕੀ ਕਰਦੇ ਰਹਿਣ ਤੋਂ ਬਾਅਦ ਆਪ ਧੰਨਵਾਦ ਤੇ ਦੇਖਿਆ ਵੀ ਇਹਦੇ ਮੈਂ ਅਗਲੀ ਕਬੱਡੀ ਸਾਹਮਣੇ ਪਾਈ ਹੋਈ ਦੁਰਗੂ ਨੌਜਵਾਨ ਦੀ ਚਾਰ ਜਾਫੀਆਂ ਦੇ ਵਿੱਚ ਲਓ ਘੰਟੀ ਬਣੀ ਪੁੱਠੀ ਪਾਉਣ ਦਾ ਯਤਨ ਕਰਦਾ ਪਰ ਕਾਮਯਾਬ ਨਹੀਂ ਹੋਇਆ ਕਦੇ ਇੱਕ ਅੰਕ ਜਿਹੜਾ ਮੈਂ ਵੇਖਦਾ ਵੀ ਸਾਹਮਣੇ ਵੀਰ ਖਾਨਪੁਰ ਦੀ ਟੀਮ ਦੇ ਵਿੱਚ ਚਲੋ ਜੋਤੀ ਮਾਂ ਕਬੱਡੀ ਸਾਹਮਣੇ ਜੋਤੀ ਫਿਰ ਅਗਲੀ ਕਬੱਡੀ ਪਾਉਂਦਾ ਹੋਇਆ ਬਹੁਤ ਸੋਹਣਾ ਪ੍ਰਦਰਸ਼ਨ ਆਉਣ ਵਾਲਾ ਚਾਰ ਜਾਫੀ ਵੀ ਤਿਆਰੀ ਦੇ ਵਿੱਚ ਹੈ ਹੱਥ ਆਉਣ ਲੱਗੇਗਾ ਇਹ ਵੀ ਇੱਥਾ ਹੀ ਫਿਰ ਮੈਦਾਨ ਦੇ ਵਿੱਚ ਲਓ ਅਗਲੇ ਮੌਕੇ ਟੱਚ ਮਾਰਦਾ ਹੋਇਆ ਵਾਹ ਪੁਆਇੰਟ ਗੋਪੀ ਦਾ ਇੱਕ ਅੰਕ ਹੋਰ ਵੱਧ ਗਿਆ ਮੁਠੱਡਿਆਂ ਦੀ ਟੀਮ ਦੇ ਲਈ ਹੈਪੀ ਅਗਲੀ ਕਬੱਡੀ ਤੇ ਜਿੱਥੇ ਪੰਜਾਂ ਪਾਲੀਆਂ ਨੇ ਜਾਲ ਬਣਿਆ ਉਸ ਧਰਤੀ ਦੀ ਕੁੱਖ ਵਿੱਚ ਮੈਂ ਜੰਮਿਆ ਜਿੱਥੇ ਉਗਲੀ ਨੇ ਸੋਲਾ ਜ਼ਮੀਨ ਜੱਟੀਏ ਮੈਂ ਖੁਦ ਹਾਂ ਪੰਜਾਬ ਦਾ ਯਕੀਨ ਜੱਟੀਏ ਮੈਂ ਖੁਦ ਹਾਂ ਪੰਜਾਬ ਦਾ ਯਕੀਨ ਜੱਟੀਏ ਕਹਿੰਦੇ ਪੰਜਾਬ ਦੀ ਗੱਲ ਕਹਿੰਦੇ ਨੇ ਖੇਡ ਮੈਦਾਨ ਦੇ ਵਿੱਚ ਮੈਂ ਖੇਡ ਕਬੱਡੀ ਦੀ ਗੱਲ ਲਓ ਸਾਹਮਣੇ ਸਿਰ ਡਬਲ ਟੱਚ ਮਹਿੰਦਰ ਸਰਵਾਲ ਜੀ ਇਸ਼ਾਰਾ ਕਰਦੇ ਹੋਏ ਆਹ ਨੰਬਰ ਜਿਹੜਾ ਧਾਲੀ ਦੇ ਲਈ ਇੱਕ ਅੰਕ ਜਿਹੜਾ ਹੈਪੀ
ਢਾਈ ਵਾਰ ਆਪਣੀ ਟੀਮ ਦੇ ਲਈ ਜੋੜ ਦੱਸੇ ਆ। ਮੈਂ ਬੇਨਤੀ ਕਰਦਾ ਵੇ ਪਾਣੀ ਫਿਰ ਰੰਗ ਪਹੁੰਚਦਾ ਕਰਦੇ ਵੀਰ ਪਾਣੀ ਜ਼ਰੂਰ ਪਹੁੰਚਦਾ ਕਰਦੇ ਫਿਰ ਬਾਜ਼ਾਰ ਦੇ ਵਿੱਚ ਹਾਫ ਸਮਾਂ ਹੋਣ ਵਾਲਾ ਹੀ ਹੈ ਸੋ ਡਰਾਈਵਰ ਨੂੰ ਪਾਣੀ ਦੀ ਜ਼ਰੂਰਤ ਹੈ। ਇਧਰ ਲਓ ਫੜਿਆ ਗੁੱਟ ਟੈਂਕੀ ਲੱਗੀ ਲਗਭਗ ਤੀਹ ਦੇ ਉੱਤੇ ਮੁਕਾਬਲਾ ਕਾਲਾ ਦੇਖਦਾ ਵੀ ਮੇਰੇ ਤੇ ਹੰਦਿਆਂ ਦੇ ਵਿਚਕਾਰ ਕਿੰਨਾ ਵਾਫਲਾ ਤੇ ਮਨ ਦੇ ਵਿੱਚ ਜ਼ਰੂਰ ਸੋਚਦਾ ਹੋਵੇਗਾ ਕਿ ਸਮਾਂ ਆਉਂਦਾ ਆ ਕਿ ਅੱਗੇ ਵਧਣ ਦੀ ਇਜਾਜ਼ਤ ਨਹੀਂ ਹੋ ਦਿੰਦਾ ਤੇ ਫਾਫਲਾ ਘੱਟ ਕਰਨ ਦਾ ਨਹੀਂ ਹੁਕਮ ਦਿੰਦਾ ਸਮਾਂ ਤੇ ਪੁਆਇੰਟ ਐਸ ਵੇਲੇ ਤਿੰਨ ਵਾਰ ਦੇ ਵਿੱਚ ਮੇਜਰ ਢਾਲੀਵਾਲ ਆਪਣੀ ਟੀਮ ਦੇ ਲਈ ਜ਼ੋਰ ਦੱਸਦੇ ਆ। ਪਾਣੀ ਆ ਗਿਆ ਫਿਰ ਮੈਦਾਨ ਦੇ ਵਿੱਚ ਧੰਨਵਾਦ ਕਰਦੇ ਆ ਤੇ ਫਿਰ ਮੈਦਾਨ ਦੇ ਵਿੱਚ ਸ਼ਰਨ ਬਲੇਰ ਖਾਨਪੁਰ ਵਾਲਾ ਅੱਗੇ ਨੂੰ ਵਾਧਾ ਕਬੱਡੀ ਕੌਣ ਦੇ ਲਈ ਐਸ ਵੇਲੇ ਖੇਡ ਮੈਦਾਨ ਦੇ ਵਿੱਚ ਹੈ। ਲਓ ਕਾਂਤੇ ਦੇ ਨਾਲ ਮੁਕਾਬਲਾ ਵਾਹ ਜੀ ਵਾਹ ਕਾਂਤਾ ਵੀ ਕਿਹੜਾ ਜਾਫੀ ਹੈ ਕਾਫਲੇ ਦੀ ਧਰਤੀ ਦਾ ਲਓ ਦੇਖੋ ਸਾਹਮਣੇ ਲੱਕ ਨੂੰ ਬੇਟਾ ਪਾਉਂਦਾ ਸ਼ੁਕਰ ਕੀਤਾ ਤੇ ਆਹ ਨੰਬਰ ਜਿਹੜਾ ਇਸ ਵੇਲੇ ਕਾਂਤਾ ਭਾਵੇਂ ਪਿੰਡ ਪਾਸਲਾ ਪਰ ਕਹਿੰਦੇ ਅੱਜ ਮੁਖੱਡਿਆਂ ਦੀ ਟੀਮ ਦੇ ਲਈ ਖੇਡਦਾ ਸੋ ਮੁਖੱਡਿਆਂ ਦੇ ਵਾਸਤੇ ਇੱਕ ਅੰਕ ਜਿਹੜਾ ਹੋਰ ਕਾਂਤੇ ਨੇ ਆਪਣੇ ਜੋੜਿਆ ਜੀਤੀ ਉੱਚਾ ਲੰਬਾ ਕੱਦ ਮੁੰਡੇ ਦਾ ਦਰਸ਼ੀ ਸਰੀਰ ਲਓ ਸਾਹਮਣੇ ਤੇਜੀ ਦੇ ਨਾਲ ਅੱਗੇ ਅੱਗੇ ਕੱਚ ਮਾਰਦਾ ਹੋਇਆ ਬੱਚੇ ਦੇ ਵਿੱਚ ਹੋ ਰਹੀਆਂ ਬੈਨਰ ਹਰ ਇੱਕ ਮੋੜ ਤੇ ਲੱਗਾ ਪਿੰਡ ਦੀ ਗਰਾਊਂਡ ਦੇ ਵਿੱਚ ਯਾਰੋ ਦੂਸਰਾ ਕੱਪ ਕਬੱਡੀ ਵਾਲਾ ਹੁੰਦਾ ਮੋਹ ਵਾਲਾ ਸਾਰਾ ਦਿਨ ਵੇਖੀ ਮੀ ਪਹਿਲੇ ਬੜੇ ਰੁਪਈਆਂ ਦੇ ਕਿ ਰੁਕੇ ਵਿੱਚ ਕਬੱਡੀ ਕੱਪ ਤੇ ਅੱਜ ਭਾਗ ਬਦਲਣੇ ਕਈਆਂ ਦੇ ਕਿ ਅੱਜ ਭਾਗ ਬਦਲਣੇ ਕਈਆਂ ਦੇ ਕਈਆਂ ਦਾ ਕਬੱਡੀ ਦੇ ਮੁਕਾਬਲੇ ਤੇ ਕਈ ਖੇਡ ਪ੍ਰਮੋਟਰਾਂ ਨੇ ਦੁਬਾਰਾ ਖੇਡ ਮੇਲੇ ਦੇ ਵਿੱਚ ਕਈਆਂ ਦੀ ਚੋਣ ਹੋਵੇਗੀ ਬਈ ਕੋਈ ਨੌਜਵਾਨ ਕੈਨੇਡਾ ਖੇਡਣ ਦੇ ਲਈ ਕੋਈ ਇੰਗਲੈਂਡ ਦੇ ਵਿੱਚ ਖੇਡਣ ਦੇ ਲਈ ਜਿਹਨਾਂ ਦੀ ਚੋਣ ਕੀਤੀ ਜਾਵੇਗੀ ਕੱਲ ਨੂੰ ਸੋ ਬਹੁਤ ਬਹੁਤ ਧੰਨਵਾਦ ਸਾਡੇ ਵੀਰ ਜਿਹੜੇ ਵੱਡੀ ਜ਼ਿੰਮੇਵਾਰੀ ਨਿਭਾਉਂਦੇ ਆ ਮੇਨ ਪ੍ਰਬੰਧਕ ਉੱਥੇ ਧੰਨਵਾਦ ਆ ਵਰਿੰਦਰ ਸਿੰਘ ਪਹਿਲਾਂ ਜਹੋਟਾ ਜੀ ਉਹਨਾਂ ਦੇ ਵੱਲੋਂ ਇਹ ਉੱਦਮ ਹੈ ਕਿ ਸਵਰਗਵਾਸੀ ਸਰਦਾਰ ਵਰਿੰਦਰ ਸਿੰਘ ਮੁਖੱਡਿਆਂ ਦੀ ਟੀਮ ਦੇ ਵਿਚਕਾਰ ਬਹੁਤ ਵਧੀਆ ਮੈਚ ਐਨ ਸਿੰਘ ਫਸੇ ਹੋਏ ਇੱਕ ਇੱਕ ਪੁਆਇੰਟ ਜਿਹੜਾ ਦੋਨੇ ਟੀਮਾਂ ਦੇ ਲਈ ਬਹੁਤ ਸਾਡੇਦਾਰ ਸੰਘਰਸ਼ਪੂਰਨ ਮੁਕਾਬਲਾ ਸੁਮਾਨ ਦੇਖਦਾ ਵੀ ਗੁਰੂ ਦੀ ਪਾਈ ਹੋਈ ਕਬੱਡੀ ਸਾਹਮਣੇ ਟੁੱਟ ਫੜਿਆ ਹੋਇਆ ਐਸੇ ਘੁੱਟ ਦੇ ਕਲੇਜੇ ਦੇ ਨਾਲ ਲਾਇਆ ਹੋਇਆ ਆਓ ਸਾਹਮਣੇ ਹੱਥਾਂ ਦੇ ਵਿੱਚੋਂ ਨਿਕਲਿਆ ਗੁਰੂ ਫਿਰ ਜਿਦਰੀ ਉੱਠਿਆ ਫਿਰ ਜ਼ਖਮੀ ਆਓ ਸਾਹਮਣੇ ਪੁਆਇੰਟ ਜਿਦਰੀ ਦੇ ਹਿੱਸੇ ਹੈ ਵਾਹ ਨਹੀਂ ਉਹ ਰਿਸ਼ਤਾ ਨੌਜਵਾਨ ਦੀਆਂ ਇਹ ਹੈ ਸ਼ੀਲੀਆ ਮਾਮਾ ਤੇਲ ਦੀ ਨਾ ਟੁੱਟ ਹੋਵੇ ਖਾਵੇ ਮੱਖਣੀ ਮਾਂ ਦੇ ਹੱਥੋਂ ਕੱਢੀ ਵਿੱਚ ਨੂੰ ਕਿ ਫਿਰ ਖੇਡੀ ਕਰਦੇ ਵੀ ਕਿਹੜੀ ਟੀਮ ਹਾਫ ਸਮੇਂ ਤੱਕ ਅੱਗੇ ਚੱਲਦੀ ਹੈ ਮੁਠੱਡਿਆਂ ਦੀ ਟੀਮ ਦੇ ਨੌ ਨੰਬਰ ਅਤੇ ਬਲੇਰ ਖਾਨਪੁਰ ਦੀ ਟੀਮ ਦੇ ਉੱਨੀ ਨੰਬਰ ਨੌ ਅਤੇ ਉੱਨੀ ਦਸ ਨੰਬਰਾਂ ਦਾ ਫਰਕ ਚੱਲਦਾ ਪਿਆ ਹਾਫ ਸਮੇਂ ਤੱਕ ਸੋ ਬਲੇਰ ਖਾਨਪੁਰ ਦੀ ਟੀਮ ਜਿਹੜੀ ਸ਼ਕਤੀਸ਼ਾਲੀ ਟੀਮ ਅੱਗੇ ਚੱਲਦੀ